अस्सलाम वालेकुम दोस्तों, आज मैं ज़रा अपने टाइम तो पहले लाइव आ गया। लाइव आवण दा मकसद है भाई, साढ़े शहर सहीवाल ज़िला सरगोधा दा साडा मोहल्ला हुसैनाबाद है। मोहल्ला हुसैनाबाद दी एक रवायती एक तारीख है त्रिंगल साजी। ਇਹ ਮੌਸਮ ਵਿਸਾਖ ਦਾ ਫਸਲਾਂ ਦਾ ਮੌਸਮ, ਇਹਦੇ 'ਚ ਇਹ ਤ੍ਰਿੰਗਲ ਇੱਕ ਬਹੁਤ ਅਹਿਮ ਔਰ ਜ਼ਰੂਰੀ ਆਈਟਮ ਦੇ ਨਾਲ ਨਾਲ ਇੱਕ ਸਕਾਫਤੀ ਔਰ ਜ਼ਰਾਤੀ ਇੱਕ ਹਥਿਆਰ ਹੈ। ਔਰ ਸਾਡੇ ਇਸ ਮੁਹੱਲਾ ਹੁਸੈਨਾਬਾਦ ਵਿੱਚ ਤ੍ਰਿੰਗਲ ਸਾਜ਼ੀ, ਤ੍ਰਿੰਗਲ ਬਣਾਉਣਾ ਇੱਕ ਖਾਸ ਮਹਾਰਤ, ਔਰ ਉਸ ਤ੍ਰਿੰਗਲ ਸਾਜ਼ ਔਰ ਸਾਡੇ ਜਿਹੜੇ ਹੁਨਰਮੰਦ ਤਿਰਖਾਣ ਉਹਨਾਂ ਦਾ ਇੱਕ ਸਮਝੋ ਆਖਰੀ ਨਿਸ਼ਾਨੀ ਭਾਈ ਅੱਲਾ ਦਿੱਤਾ, ਭਾਈ ਅੱਲਾ ਦਿੱਤਾ ਹੋਰਾਂ ਇਸ ਦਫ਼ਾ ਜਨਾਬ ਇੱਕ ਤ੍ਰਿੰਗਲ ਜਿਹੜਾ ਹੈ ਉਹਦੀ ਮੁਰੰਮਤ ਕੀਤੀ ਇਹਨੇ। ਤ੍ਰਿੰਗਲ ਦੇ ਜਿਹੜੀ ਉਂਗਲੀਆਂ ਹੈ ਇਹਦੇ ਸੈਂਟਰ ਵਿੱਚ ਇਹ ਇੱਕ ਸੁਰਾਖ ਹੈ, ਇਹ ਸੁਰਾਖ ਨੂੰ ਦਤੂਰੀ ਕਹਿੰਦੇ ਨੇ। ਦਤੂਰੀ ਇਹ ਭਾਈ ਅੱਲਾ ਦਿੱਤਾ ਹੋਰਾ ਮਿਸਤਰੀ ਅੱਲਾ ਦਿੱਤਾ ਸਾਹਿਬ ਇਹ ਤਾਜ਼ਾ ਇਹ ਹੋਣੀ ਇੱਕ ਤ੍ਰਿੰਗਲ ਦੀ ਤਤੂਰੀ। ਲੇਕਿਨ ਇਹ ਦੋਸਤੋ ਬਹੁਤ ਇੱਕ ਬਾਰੀਕ ਔਰ ਲਤੀਫ ਕਿਸਮ ਦਾ ਫਨ ਹੈ, ਯਾਨੀ ਇਸ ਦੀ ਸੂਰਤ ਹਾਲ ਇਹ ਹੈ ਕਿ ਇੱਕ ਇੰਤਹਾਈ ਰਾ ਕਿਸਮ ਦੀ ਸੋਟੀ ਸਟਿੱਕ ਲੱਕੜੇ ਜਿਹਦੀ ਕੋਈ ਖਾਸ ਸ਼ੇਪ ਕੋਈ ਨਹੀਂ, ਜਿਸ ਨੂੰ ਕਹੂ ਕਹਿੰਦੇ ਨੇ ਕਹੂ। ਇਹ ਕਹੂ ਹੈ ਇਸ ਕਹੂ ਦੀ ਇੱਕ ਆਮ ਦੀ ਇਸ ਲੱਕੜੀ ਨੂੰ ਇਹਦੀ ਰਾਹ ਸ਼ੇਪ ਹੈ ਬਿਲਕੁਲ ਇਹ ਸ਼ੇਪ ਨੂੰ ਇਹ ਗੱਠਾ ਪਿਆ ਇਸਦਾ ਇਹ ਗੱਠਾ ਇਸ ਸ਼ੇਪ ਨੂੰ ਪਹਿਲੇ ਮੋੜਨਾ, ਮੋੜ ਕੇ ਇਹ ਸ਼ਕਲ ਦੇਵਣੀ। ਇਹ ਮੁੜੇ ਹੋਏ ਪੈਨ ਕਾਨੀਆਂ ਇਹਨਾਂ ਨੂੰ ਇਹਨਾਂ ਕਾਲੀ ਆ ਜਿਹੜੀ ਕਾਲੇ ਰੰਗ ਅੱਗ 'ਤੇ ਸੜੀ ਹੋਈ ਇਸ ਨੂੰ ਮੋੜਿਆ, ਫਿਰ ਇਸ ਨੂੰ ਇਹ ਫਾਈਨ ਸ਼ਕਲ ਦਿੱਤੀ। ਦੱਸੋ ਖਾਂ, ਦੱਸੋ ਇਤਨੀ ਲਤੀਫ ਔਰ ਦੇਖੋ ਇਹਦੀ ਨੋਕ ਦੇਖੋ, ਇਤਨੀ ਲਤੀਫ ਇਤਨੀ ਸਡੂਲ ਨੋਕ ਬਣਾਵਣੀ, ਕਿਤਨੀ ਮਹਾਰਤ ਦਿਖਾ ਜ਼ਰਾ ਗੌਰ ਨਾਲ। ਇਹ ਦੇਖੋ ਇੱਕ ਆਮ ਜੀ ਲੱਕੜੀ ਨੂੰ ਇਤਨੀ ਮਹਾਰਤ ਨਾਲ ਇਤਨਾ ਸਡੂਲ ਇਤਨਾ ਖੂਬਸੂਰਤ ਬਣਾਵਣਾ, ਦੱਸੋ ਕੋਈ ਕੋਈ ਹੈ ਫਨਕਾਰ? ਔਰ ਇਹ ਸਾਡੇ ਬਜ਼ੁਰਗਾਂ ਦੀ ਸਮਝੋ ਆਖਰੀ ਨਿਸ਼ਾਨੀ, ਅੱਲਾਹ ਤਾਲਾ ਇਹਨਾਂ ਨੂੰ ਸਿਹਤ ਨਾਲ ਰੱਖੇ। ਮੈਂ ਆਇਆ ਇਹ ਬੜੇ ਖੁਸ਼ ਹੋਏ ਅੱਲਾਹ ਦਿੱਤਾ ਮਿਸਤਰੀ ਅੱਲਾਹ ਦਿੱਤਾ ਸਾਹਿਬ ਇਹ ਜਨਾਬ ਆਪਣੇ ਫੰਡ ਦਾ ਆਪਣੇ ਫੰਡ ਨੂੰ ਜ਼ਿੰਦਾ ਰੱਖੇ ਹੋਇਆ ਇਹਨਾਂ, ਔਰ ਬੜੀ ਹਿੰਮਤ ਹੈ ਕਿ ਇਸ ਦੌਰ ਵਿੱਚ ਇੱਕ ਤਾਂ ਇਹ ਜਿਹੜੀ ਕਹੂ ਹੁਣ ਕਹੂ ਪਤਾ ਨਹੀਂ ਇਹਦਾ ਮਜ਼ੀਦ ਪ੍ਰੋਪਰ ਨਾਂ ਕੀ ਹੈ, ਸਾਡਾ ਲੋਕਲ ਨਾਂ ਇਸ ਨੂੰ ਕਹੂ ਹੀ ਕਹਿੰਦੇ ਨੇ ਕਿ ਕਹੂ ਜਾਂ ਪੈਲ ਪਧਰਾੜ ਵਾਦੀਏ ਸੂਨ ਸਕੇਸਰ ਉੱਥੋਂ ਇਹ ਦਰਖਤ ਮਿਲਦਾ ਹੈ ਜਿਹਦੀ ਇਹ ਉਂਗਲੀਆਂ ਬਣਦੀਆਂ ਨੇ ਤ੍ਰਿੰਗਲ ਦੀਆਂ। ਅਤੇ ਮਿਸਤਰੀ ਅੱਲਾ ਦਿੱਤਾ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਅੱਜ ਕੱਲ੍ਹ ਟੈਕਸਲਾ ਇਹ ਦਰਖਤ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਇਹਨਾਂ ਦੇ ਬਜ਼ੁਰਗ ਵਾਲਿਦ ਦਾਦਾ ਜੀ ਚਾਚਾ ਜੀ ਇਹ ਕੰਮ ਕਰਦੇ ਸਨ, ਔਰ ਇਹ ਹੁਣ ਇਸ ਰਵਾਇਤ ਨੂੰ ਜ਼ਿੰਦਾ ਰੱਖੇ ਹੋਇਆ ਅਤੇ ਭਾਈ ਅੱਲਾ ਦਿੱਤਾ ਸਾਹਿਬ ਜਿਹੜਾ ਇਹ ਇਸ ਰਵਾਇਤ ਦੇ ਸਮਝੋ ਆਖਰੀ ਇੱਕ ਫਰਦ ਹੈ। ਮੁਹੱਲਾ ਹੁਸੈਨਾਬਾਦ ਸਾਹੀਵਾਲ ਦੀ ਇੱਕ ਸੌਗਾਤ, ਅੱਜ ਤੋਂ 25-30 ਸਾਲ ਪਹਿਲੇ ਤਾਂ ਖੈਰ ਇਸ ਚੀਜ਼ ਬਹੁਤ ਜ਼ਿਆਦਾ ਆਈ, ਦਰਿਆ ਦੇ ਆਰ ਪਾਰ ਦਰਿਆ ਤੋਂ ਪਾਰ ਲੋਕ ਛੋਲਿਆਂ ਦੇ ਸੀਜ਼ਨ ਵਿੱਚ ਆਵਣਾ ਉਹਨਾਂ ਆਪਣਾ ਤ੍ਰਿੰਗਲ ਬਣਾਉਣੇ। ਫਿਰ ਇਸ ਸਿਰਫ ਇਹ ਨਹੀਂ ਇੱਥੇ ਇੱਕ ਦਿਰਖਾਣ ਦਾ ਕੰਮ ਹੈ, ਸਿਰਫ ਇੱਕ ਮਾਹਿਰ
एक तिरखाण नहीं बल्कि इहदे नाल मोची दा वी अमल दखल है कि जदों त्रिंगल तैयार हो तो इस शेप च आ गया। जिहड़ा पंजा देख रहे हो तुसीं आ पंजा जिहड़ा है ए पंजा इस वक्त इस पंजे नू फिर इत्थे नाल ही दी गली च साडे कोल मोची माहिर ओ उना ए इस नू कहंदे सन मड़ना इस नू फिर ए मड़ देंदे सन ए चमड़े नाल इस तरह ताकि मजीद मजबूत हो जाए। और एक बहुत खूबसूरत बहुत अहम और मिटदी हुई एक सनत एक कारीगरी एक साडे सकाफत दी एक खूबसूरती साडे सामने है समझो एक सदी पुरानी एक सदियों का किस्सा है जेड़ा इस वक्त मिस्त्री वाला दिते दी असा दुकान च देख रहे हैं। और उस रवायत नू उस हुनर नू संभाले हुए मिस्त्री वाले दिता साहब एक एक चीज़ नू साम के बहुत शुक्रिया दोस्तों अल्लाह हाफिज़।